ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਜੀ ਕਿੱਦਾਂ ਸਭ ਵਧੀਆ ਹਰ ਤਰ੍ਹਾਂ ਖਰੀਅਤ ਹੈ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜੀ ਹੁੰਦੇ ਵਾਸਤੇ ਰੋ ਬਹੁਤ-ਬਹੁਤ ਸ਼ੁਕਰੀਆ ਸਾਡੇ ਚੈਨਲ ਨੂੰ ਮੁਹੱਬਤ ਦੇਣ ਦਾ ਪਿਆਰ ਦੇਣ ਦਾ ਤੇ ਜੇ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾਓ ਥੈਂਕ ਯੂ ਵੈਰੀ ਮਚ ਹਮੇਸ਼ਾ ਇਹ ਤਰ੍ਹਾਂ ਸਾਡੇ ਕੋਲ ਇਸ ਟਾਈਮ ਤੁਹਾਡੇ ਪਸੰਦੀਦਾ ਆਰਟਿਸਟ تسلیم اباد صاحب موجود ہیں السلام علیکم جی وعلیکم السلام صحت طبیعت ٹھیک ہے جی جی شکرا الحمدللہ بڑا مشاہدہ ਤੁਹਾਡਾ یقین مننا اچھا ہاں میں نا اکثر جگہ تے یہ گل کردا ہوناں کہ یار اے نا اللہ دی بندیاں تے رحمت ہوندی ہے کہ تسلیم صاحب دے اوپر نا اللہ پاک نے اتنی برکت دتی ہے کہ انج فریم چاوندے نے تے انج فریم پر جندا ਮਸਮਾਲਕ ਸਟੇਜ ਤੇ ਵੀ ਤੁਹਾਡਾ ਇਹੀ ਕੰਮ ਆ। ਮਤਲਬ ਆਲਰੇਡੀ ਮੈਂ ਤੁਹਾਨੂੰ ਦੇਖ ਰਿਹਾ ਹਾਂ ਸਟੇਜ ਤੇ ਕਿ ਚੱਲ ਰਿਹਾ ਡਰਾਮਾ, ਗੱਲਾਂ ਹੋ ਰਹੀਆਂ ਨੇ, ਜੁਕਤਾਂ ਹੋ ਰਹੀਆਂ ਨੇ। ਲੇਕਿਨ ਜਿੱਲੇ ਤੁਸੀਂ ਆਉਨੇ ਆ ਇੱਕ ਖਾਸ ਕਿਸਮ ਦਾ ਨਾਲ ਨਾਲ ਰਚਾਅ ਵੀ ਪਿੱਛੋਂ ਲੈ ਕੇ ਆਉਨੇ ਆ ਤੁਸੀਂ। ਬਸੀ ਮਾਲਕ ਦੀ ਕਰਮ ਨਵਾ। ਹਾਂ ਵਾਹ ਵਾਹ। ਅਤਾਇਆ ਸਕੂਲ ਰਾਤ। ਵਾਹ 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 ਵਾਹ। ਦੂਸਰੀ ਗੱਲ ਹੈ ਕਿ ਰਣਾ ਸਰਬ ਕੰਮ ਨੂੰ ਜਿੰਨਾ ਤੁਸੀਂ ਸੀਰੀਅਸ ਲਵੋਗੇ ਨਾ। ਹਾਂ। ਇਹ ਉਹਨਾਂ ਤੁਹਾਨੂੰ ਸੀਰੀਅਸ ਲਏਗਾ। ਹਾਂ। ਜਿੱਨਾ ਤੁਸੀਂ ਇਹਨਾਂ ਨੂੰ ਤੁਸੀਂ ਈਜ਼ੀ ਲੌਗ ਇਨ ਹੈ ਤੁਹਾਡਾ 100% ਬਹੁਤ ਆਈਜ਼ੀ ਲੈ ਲੈ ਹਾਂ ਜੇ ਤੁਸੀਂ ਕਹਾਂ ਕੋਈ ਨਹੀਂ ਹੋਈ ਜਾਣਾ ਕੋਈ ਗੱਲ ਨਹੀਂ ਹੋਈ ਜਾਣਾ ਹਾਂ ਤੇ ਮੇਰੀ ਆਦਤ ਹੈਗੀ ਹੈ ਕਿ ਮੈਨੂੰ ਕੋਈ ਗੁਤ ਯਾਦ ਨਹੀਂ ਹੁੰਦੀ ਜਦੋਂ ਮੈਂ ਸਟੇਜ ਤੇ ਜਾਣਾ ਨਾ ਹਾਂ ਮੈਨੂੰ ਕਦੀ ਵੀ ਨਹੀਂ ਹੋਇਆ ਹੈਗਾ ਕਿ ਮੈਂ ਅੱਜ ਹੁਣ ਇਹ ਗੱਲ ਕਰਨੀ ਮੈਂ ਇਹ ਕਰਨੀ ਮੈਂ ਕਰਨੀ ਹਾਸ਼ਾ ਲਲਾ ਮੈਨੂੰ ਕੋਈ ਕੁਝ ਨਹੀਂ ਯਾਦ ਹੁੰਦਾ ਮੈਨੂੰ ਇਹ ਯਾਦ ਹੁੰਦਾ ਹੈ ਕਿ ਮੈਂ ਮਾਮਾ ਬਣ ਕੇ ਜਾ ਰਿਹਾ ਹਾਂ ਹਾਂ ਠੀਕ ਹੈ ਹਾਂ ਰਿਸ਼ਤਾ ਲੈਣ ਜਾ ਰਿਹਾ ਮੈਂ ਚੌਧਰੀ ਬਣ ਕੇ ਜਾ ਰਿਹਾ ਹਾਂ ਹਾਂ ਠੀਕ ਹੈ ਜੀ ਮੈਨੂੰ ਇੰਨਾ ਕੁ ਯਾਦ ਹੁੰਦਾ ਹਾਂ ਅੱਗੂ ਜਿਹੜਾ ਕੰਮ ਹੋਣਾ ਹੈ ਨਾ ਉਹ ਅਗਲੇ ਕਰੈਕਟਰ ਨਾਲ ਹੋਣਾ ਹੈ ਕੀ ਹੋਣਾ ਹੈ ਇਹ ਅੱਲਾਹ ਵੇਤਰ ਜਾਣਦਾ ਵਾ 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 ਨਿੱਦੇ ਐਸਾ ਹੀ ਵੇਖਿਆ ਕਿ ਮੁੰਡੇ ਆਪਸ ਦੇ ਵਿੱਚ ਤਿੰਨ ਤਿੰਨ ਜਿਹੜੇ ਮੈਚ ਪਾਉਂਦੇ ਨੇ ਹਾਂ ਉਹ 15 ਜੁਗਤਾਂ ਉਹ ਕਰ ਰਹੇ 15 ਜੁਗਤਾਂ ਕਰ ਤੇ ਮੈਨੂੰ ਤਾਂ ਤਿੰਨ ਜੁਗਤਾਂ ਤੋਂ ਬਾਅਦ ਜੁਗਤ ਭੁੱਲ ਜਾਂਦੀ ਹੈ ਹਾਂ 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 ਠੀਕ ਹੈ ਲੇਕਿਨ ਇਹ ਹੈ ਕਿ ਤੁਸੀਂ 30 ਕਰੋ ਹਾਂ ਅੱਲਾਹ ਹੀ ਰਹਿਮਤ ਨਾਲ 30 ਕਰੋ ਹਾਂ ਮੈਂ ਤੁਹਾਨੂੰ 7-8 ਕਰਾਂਗਾ ਹਾਂ ਤੁਹਾਡੇ ਤੀਆਂ ਤੋਂ ਜਾਂ ਤਾਂ ਅੱਗੇ ਲੰਘਾਂਗਾ ਜੇ ਅੱਗੇ ਨਹੀਂ ਤਾਂ ਬਰਾਬਰ ਜ਼ਰੂਰ ਜਾਵਾਂ ਵਾਹ 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 ਠੀਕ ਹੈ ਨਾ ਜੀ ਮੈਨੂੰ ਯਾਦ ਨਹੀਂ ਰਹਿੰਦਾ ਹੈਗਾ ਹਾਂ ਦੂਸਰਾ ਤੁਹਾਡਾ ਮੈਂ ਸਟੇਜ ਤੇ ਵੀ ਦੇਖਿਆ ਤੁਸੀਂ ਨਾ ਕਿਉਂਕਿ ਤੁਹਾਡਾ ਇੱਕ ਟਾਈਮ ਗੁਜ਼ਰਿਆ ਕੰਮ ਕਰਦਿਆਂ ਹੋਇਆ ਜ਼ਿੰਦਗੀ ਚ ਬਹੁਤ ਕੁਝ ਦੇਖਿਆ ਤੁਸੀਂ ਤੁਹਾਡਾ ਸਟੇਜ ਦੇ ਉੱਤੇ ਮੁਸ਼ਾਹਦਾ ਬਹੁਤ ਕਮ ਹੁੰਦਾ ਹੈ ਹਾਂ ਜੀ ਹਾਂ ਜੀ ਮੁਸ਼ਾਹਦਾ ਹੀ ਕਮ ਆ ਹਾਂ ਮੁਸ਼ਾਹਦਾ ਤਾਂ ਇਹ ਹੁੰਦਾ ਹੈ ਕਿ ਜਿਹੜਾ ਦੌਰ ਚੱਲ ਰਿਹਾ ਹੈ ਨਾ ਹਾਂ ਉਹਦੇ ਮੁਤਾਬਕ ਮੁਸ਼ਾਹਦਾ ਜਿਹੜਾ ਨਾ ਉਹ ਕੰਮ ਦੇਗਾ ਨਵਾਂ ਤਾਜ਼ਾ ਕੰਮ ਹੋਏਗਾ ਜਿੱਦਾਂ ਹੁਣ ਮਗਿਆਈ ਬਹੁਤ ਹੋ ਗਈ ਹੈ ਦੁਨੀਆ ਮਗਿਆਈ ਦੇ ਮਗਰ ਹੈ ਹਾਂ ਮਗਿਆਈ ਦਾ ਮੁਸ਼ਾਹਦਾ ਵੀ ਹੋਣਾ ਚਾਹੀਦਾ ਹਾਂ ਹਾਂ ਠੀਕ ਹੈ ਨਾ ਜੀ ਜਿਹੇ ਜਿਹੇ ਹਾਲਾਤ ਹੈ ਕਰੋਨਾ ਆਇਆ ਸੀ ਕਰੋਨਾ ਦੇ ਵਿੱਚ ਵੀ ਬੰਦੇ ਦਾ ਇੱਕ ਮੁਸ਼ਾਹਦਾ ਵੱਧਦਾ ਹੈ ਕਿ ਯਾਰ ਕਿਵੇਂ ਹਾਲਾਤ ਗਏ ਕਿਦਾਂ ਅਸੀਂ ਬਚੇ ਆ ਕਿਦਾਂ ਅੱਲਾਹ ਪਾਕ ਨੇ ਸਾਡੇ ਤੇ ਰਹਿਮਤ ਕੀਤੀ ਹੈ ਬੰਦੇ ਦੇ ਕੀ ਹਾਲਾਤ ਸੀ ਬੰਦੇ ਉਸ ਟਾਈਮ ਕਿਦਾਂ ਬੋਲਦੇ ਸੀ ਹਾਂ ਜਾਂ ਕਿ ਦੀ ਕੀ ਗੱਲ ਤੁਕ ਕੀ ਮਸਰੂਫੀਅਤ ਹੈ ਇਹ ਚੀਜ਼ਾਂ ਜਿਹੜੀਆਂ ਮੇਰੇ ਹਿਸਾਬ ਨਾਲ ਮੈਂ ਤਾਂ ਤਾਜ਼ਾ ਗੱਲ ਨੂੰ ਲੈਂਦਾ ਮੌਸਮ ਜਿਹੜਾ ਚੱਲ ਰਿਹਾ ਵਾਹ 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 ਇਹ ਟਾਈਮ ਕਿਉਂ ਹੈ 7 ਵਜੇ ਇਹਦੇ ਮੁਤਾਬਕ ਗੱਲ ਕਰਨੀ ਵਾਹ 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 ਠੀਕ ਹੈ ਜੀ ਅੱਜ ਤੁਹਾਡੀ ਫੀਲਡ ਵੀ ਇਦਾਂ ਦੀ ਹੈ ਕਿ ਜਿਸ ਫੀਲਡ ਦੇ ਵਿੱਚ ਅਗਰ ਅੱਗੇ 200 ਬੰਦਾ ਬੈਠਾ ਹੈ ਤੇ مختلف ਮિજાਜ مختلف ਤਬੀਅਤਾਂ ਬਹੁਤ ਅਖੜ ਲੋਕ ਵੀ ਬਹੁਤ ਬਹੁਤ ਹੀ شریف ਵੀ ਲੋਕ ਕੇ ਡਰਾਮਾ ਦੇਖਣ ਆਏ ਵੀ ਹਾਂਜੀ ਮੈਂ ਕਹਿੰਦਾ ਐਸੀ ਦੁਨੀਆ ਵੇਖੀ ਹੈ ਰਣਾ ਸਾਹਿਬ ਕੇ ਆਪਣੀ ਇਨੀ तकरीबन ਮੈਨੂੰ ਕੋਈ 5 ਸਾਲ ਤੋਂ ਹੋ ਗਏ ਉਹਨੇ ਸਹੀ 5 ਨਹੀਂ ਤੇ 20 22 23 ਸਾਲ ਤੋਂ ਹੋ ਹੀ ਗਏ ਨਾ ਜੀ ਤੇ ਐਸੀ ਐਸੀ ਦੁਨੀਆ ਦੇਖਣ ਦੇ ਵਿੱਚ ਆਈ ਹੈ ਕਿ ਬੰਦਾ ਹੈਰਾਨ ਹੋ ਜਾਂਦਾ ਹਾਂ ਮੈਂ ਉਹਨੂੰ ਡਰਾਮਾ ਕਰ ਰਿਹਾ ਮੇਰਾ ਬੜਾ ਜ਼ਿੰਦਗੀ ਦਾ ਅਜੀਬ ਜਿਹਾ ਵਾਕਿਆ ਹੈ ਹਾਂਜੀ ਕਿ ਮੈਂ ਸ਼ਵਨਮ ਥੀਏਟਰ ਡਰਾਮਾ ਕਰ ਰਿਹਾ ਅੱਛਾ ਜੀ ਤੇ ਅਲਾਪਗਨ ਬੜੀ ਮੈਨੂੰ ਇੱਜ਼ਤ ਦਿੱਤੀ ਜੀ ਬੜਾ ਮੋਲ ਤਾਜ਼ਾ ਤਾਜ਼ਾ ਮੈਂ ਗਰੰਟ ਹੋਇਆ ਤੇ ਮੈਂ ਡਰਾਮਾ ਕਰ ਰਿਹਾ ਤੇ ਚੌਕੀਦਾਰ ਉਹਨੂੰ ਕਿਸੇ ਕਰੈਕਟਰ ਨੇ ਬਾਹਰ ਕੋ ਆਇਆ ਕੋ ਬੰਦਾ ਹੈ ਬੰਦਾ ਆਇਆ ਗੱਡੀ ਦੇ ਵਿੱਚ ਉਹਨੇ ਉਹਨੂੰ 500 ਰੁਪਏ ਦਿੱਤਾ ਹੋਵੇਗਾ ਅੱਛਾ ਠੀਕ ਹੈ ਕਿ ਤਸਲੀਮ ਅਬਾਸ ਨੂੰ ਯਾਰ ਮੈਂ ਮਿਲਣਾ ਮੈਂ ਉਹਦਾ ਬੜਾ ਫੈਨ ਹਾਂ ਠੀਕ ਹੈ ਤੇ ਉਹ ਬੰਦਾ ਮੇਰੇ ਕੋ ਆ ਗਿਆ ਹਾਂ ਤੇ ਮੈਂ ਤਿਆਰੀ ਕਰ ਹੀ ਰਿਹਾ ਤੇ ਉਹਨੂੰ ਕਿਹਾ ਤਸਲੀਮ ਸਾਹਿਬ ਮੈਂ ਕਿਹਾ ਹਾਂ ਜੀ ਅਖੇ ਬਾਹਰ ਤੁਹਾਨੂੰ ਉਹਨਾ ਉਦਲਾਵਰ ਖਾਨ ਨਾਲ اچھا ਦਲਾਵਰ ਖਾਨ ਆ اچھا ਉਹ ਗੱਡੀ ਦੇ ਵਿੱਚ ਮਿਲਣ ਆਇਆ ਤਾਂ ਤੁਹਾਡਾ ਬੜਾ ਫੈਨ ਆ ਠੀਕ ਹੈ ਤੇ ਉਹ ਕਹਿੰਦਾ ਮੈਂ ਤਸਲੀਮ ਬਾਸ ਨੂੰ ਮਿਲਣ ਆਇਆ ਠੀਕ ਹੈ ਪਹਿਲਾਂ ਤਾਂ ਮੈਨੂੰ ਨਾਮ ਹੀ ਚੜਾਈ ਵਰਗਾ ਲੱਗਾ ਹਾਂ ਡੇਂਜਰਸ ਨਾਮ ਹੈ ਡੇਂਜਰਸ ਨਾਮ ਹਾਂ ਮੈਂ ਕਿਹਾ ਯਾਰ ਦਲਾਵਰ ਖਾਨ ਮੇਰੀ ਪੂਰੀ ਹਿਸਤਰੀ ਵਿੱਚ ਇਸ ਨਾਮ ਦਾ ਬੰਦਾ ਹੀ ਨਹੀਂ ਮੇਰਾ ਕੋਈ ਦੋਸਤ ਹੈਗਾ ਹਾਂ ਹਾਂ ਖੈਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਡਰਾਮਾ ਕਰ ਰਹੇ ਆ ਹਾਂ ਤੇ ਡਰਾਮੇ ਤੋਂ ਬਾਅਦ ਮੈਂ ਕਿਹਾ ਹੁੰਦੀ ਮੁਲਾਕਾਤ ਹਾਂ ड्रामा चलिया मैं एंट्री की बहर आया तो चौकीदार फिर आ गया हाँ। खान साहब बहर दिलावर खानू ना परेशान जहा हो गया मैं मैं सोच मैं यार कोई दे, देना लेना दिलावर खान ही आ गया ठीक है इस ना तो बंदा ही मेरा वाकफ मैं फिर मैं जाके कहो ਕਬੀ ਦੋ ਸ਼ੋਅ ਹੋ ਹੈਗੇ ਹਾਂ ਤੇ ਸ਼ੋਅ ਖਤਮ ਹੁੰਦੇ ਤਾਂ ਫਿਰ ਮਿਲ ਲੰਦੇ ਹਾਂ ਉਹ ਰਲਾ ਸਭ ਦੂਸਰਾ ਸ਼ੋਅ ਸ਼ੁਰੂ ਹੋ ਗਿਆ ਹਾਫ ਟਾਈਮ ਤੇ ਫਿਰ ਬੰਦਾ ਆ ਗਿਆ ਹਾਂ ਉਹ ਮੈਨੂੰ ਉਹਦੀ ਟੈਨਸ਼ਨ ਲੱਗ ਗਈ ਹਾਂ ਮੈਂ ਕਿਹਾ ਯਾਰ ਮੈਂ ਐਸਾ ਕਿਹੜਾ ਕੰਮ ਕਰ ਬੈਠਾ ਹਾਂ ਜਿਹੜਾ ਦਲਾਵਰ ਖਾਨ ਹੀ ਆ ਗਿਆ ਹਾਂ 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 ਠੀਕ ਹੈ ਹਾਂ ਨਾ ਇਦਾਂ ਦਾ ਆ ਜਿਹੜਾ دہشت ਵਾਲਾ ਹੈ دہشت ਵਾਲਾ ਤੇ ਬੰਦਾ ਵੀ ਕੋਈ ਨਹੀਂ ਮੇਰਾ ਇਸ ਨਾਲ ਕੋਈ ਦੋਸਤ ਹੀ ਨਹੀਂ ਹੈ ਠੀਕ ਹੈ ਮੈਂ ਹੁਣ ਵੇਖਿਆ ਮੈਂ ਕਿਹਾ ਯਾਰ ਸ਼ੋਅ ਖਤਮ ਹੋ ਗਿਆ ਫਿਰ ਉਹ ਦਲਾਵਰ ਖਾਨ ਹਾਂ ਅਖੇ ਜੀ ਗੱਡੀ 'ਚ ਬੈਠਾ ਮੈਂ ਕਿਹਾ ਮੈਂ ਹੁਣ ਬੰਦਾ ਵੇਖਿਆ ਤੁਹਾਡੇ ਅਰਗੇ ਦੋ ਮੇਰੇ ਦੋਸਤ ਆਏ ਹਾਂ ਤੇ ਮੈਂ ਉਹਨਾਂ ਨੂੰ ਵਿਖਿਆ ਅਮਜਦ ਉਹਨਾਂ ਦਾ ਨਾਮ ਸੀ ਹਾਂ ਤੇ ਬਾਬਾ ਮਾਸ਼ਾਅੱਲਾ ਜਵਾਨ ਹੋ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮੇਰੇ ਨਾਲ ਚੱਲੋ ਹਾਂ ਕੋ ਗੱਡੀ ਦੀ ਦਲਾਵਰ ਖਾ ਆ ਹਾਂ ਉਹ ਦੋ ਸ਼ੋਗ ਹੋ ਗਿਆ ਉੱਥੇ ਖਲੋਤਾ ਮੈਨੂੰ ਮੈਂ ਜੀ ਫੈਨ ਆ ਤੇ ਕੋ ਰੋਲਾ ਨਾ ਹੋਵੇ ਚਲੋ ਮੇਰੇ ਨਾਲ ਹਾਂ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਖਾਸ ਸਾਹਿਬ ਆ ਤੁਹਾਡੇ ਨਾਲ ਚੱਲਦੇ ਅਸੀਂ ਹਾਂ ਹਾਂ ਉਹ ਹੁਣ ਮੈਨੂੰ ਗੱਡੀ ਕੋ ਲੈ ਕੇ ਆ ਗਏ ਹਾਂ ਜਦੋਂ ਵੇਖਿਆ ਤੇ ਉਹ Honda City ਗੱਡੀ ਹਾਂ ਤੇ ਉਹਨੇ ਵਿੱਚ ਬੂਤਰ ਰੱਖੀ ਤੇ ਪੈਕ ਲਾ ਰਿਆ ਅੱਛਾ ਜੀ ਮੈਂ ਨਾ ਗਿਆ ਮੈਂ ਕਿਹਾ ਅਸਲਾਮੁਅਲੈਕੁਮ ਤੇ ਬਾਹਰ ਨਿਕਲਿਆ ਜਫੀ ਭਾਈ ਹਾਂ ਕੰਦਾ ਦਲਾਵਰ ਖਾਨ ਮੇਰਾ ਨਾਂ ਹੈ ਹਾਂ ਬਾਬਾ ਜੱਕ ਮੈਨੂੰ ਸਲੂਟ ਕਰਦਾ ਹਾਂ ਡਾਲਰ ਮੇਰੇ ਕੋਲ ਹੈ ਅੱਛਾ ਜੀ ਤੇ ਐਮ ਐਨ ਇਹ ਮੇਰਾ ਕਜ਼ਨ ਹੈ ਹਾਂ ਬਖਰੀ ਗੱਲ ਮੈਂ ਉਹਨੂੰ ਬੁਲਾਉਂਦਾ ਨਹੀਂ ਠੀਕ ਹੈ ਜੀ ਮੈਂ ਕਹਿਆ ਯਾਰ ਬੰਦਾ ਤਾਂ ਵੱਡਾ ਹੀ ਹੈ ਹਾਂ ਕਬੱਡੀ ਪਲਾ ਹੈ ਆ ਹੂੰ ਤੇ ਮੈਂ ਕਹਿਆ ਯਾਰ ਕੋਈ ਐਸੀ ਗੱਲ ਨਹੀਂ ਮੈਂ ਮਿਲਿਆ ਉਹਨਾਂ ਨੂੰ ਹਾਂ ਤੇ ਤੁਹਾਡੇ ਬੜੇ ਫੈਨ ਆ ਹਾਂ ਦਲਾਵਰ ਖਾਂ ਮੇਰਾ ਨਾਮ ਹੈ ਹਾਂ ਬਾਬਾ ਜੀ ਕਿ ਮੈਨੂੰ ਸਲੂਟ ਕਰਦਾ ਹਾਂ ਡਾਲਰ ਮੇਰੇ ਕੋਲ ਹੈ ਹਾਂ ਐਮ ਐਨ ਮੇਰਾ ਕਦਰ ਨਾ ਵੱਖਰੀ ਗੱਲ ਮੈਂ ਨਹੀਂ ਬਣਾਉਣਾ ਹਾਂ ਠੀਕ ਹੈ ਮੈਂ ਕਹਿਆ ਯਾਰ ਬੰਦਾ ਤਾਂ ਵੱਡਾ ਹੀ ਹੈ ਹਾਂ ਤੇ ਜੀ ਖਾਣਾ ਪੀਣਾ ਕੀ ਹੈ ਮੈਗਨਿਸਰ थैंक यू ਮਿਹਰਬਾਨੀ ਹੋਰ ਮੇਰੇ ਨਾਲ ਇੱਕ ਡਾਂਸਰ ਹਾਂ ਤੇ ਤਾਰਕ ਮੋਹਲ ਸਾਹਿਬ ਇੱਕ ਆਰਟਿਸਟ ਹੈ ਠੀਕ ਹੈ ਜੀ ਉਹ ਠੀਕ ਹੈ ਜੀ ਅਸੀਂ ਗੱਡੀ ਦੇ ਵਿੱਚ ਬੈ ਗਏ ਠੀਕ ਹੈ ਜੀ ਤੇ ਗੱਡੀ 'ਚ ਬੈ ਗਏ ਤੇ ਕਹਿੰਦਾ ਜੀ ਖਾਣਾ ਖਵਾਣਾ ਤੇ ਅਸੀਂ ਕਿਹਾ ਗਫੂਰ ਕੋਲੋਂ ਅੱਲਾ ਬਖਸ਼ੇ ਉਹ ਨਿਸ਼ਾਦ ਸਿੰਘ ਵਿੱਚ ਡਰਾਮਾ ਕਰ ਰਹੇ ਤੇ ਮੈਂ ਕਿਹਾ ਚਲੋ ਗਫੂਰ ਸਾਹਿਬ ਨੂੰ ਨਾਲ ਲੈ ਜਾਈਏ ਠੀਕ ਹੈ ਜੀ ਅਸੀਂ ਉੱਥੇ ਰੁਕ ਗਿਆ ਹਾਂ ਰੁਕ ਕੇ ਤੇ ਗਫੂਰ ਨੂੰ ਅਸੀਂ ਕਿਹਾ ਤੇ ਗਫੂਰ ਨੇ ਕਿਹਾ ਕਿ ਤੁਸੀਂ ਪਹੁੰਚੋ ਹਾਂ ਤੇ ਅਸੀਂ ਆ ਜਾਂਦੇ ਹਾਂ ਠੀਕ ਹੈ ਹੁਣ ਮੈਂ ਫਰੈਂਡ ਤੇ ਬੈਠਾ ਹਾਂ ਹਾਂ ਤੇ ਨਰਗਿਸ ਦੇ ਗਾਣੇ ਲੱਗੇ ਆ ਹਾਂ ਤੇ ਉਹ ਪਿੱਛੇ ਬੈਠੇ ਇੱਕ ਡਾਂਸਰ ਸ਼ਾਹਰੁਖ ਆ ਤੇ ਤਾਰਕ ਮੁਗਲ ਠੀਕ ਹੈ ਜੀ ਤੇ ਮੈਂ ਹੁਣ ਨਾ ਨਰਗਿਸ ਦੇ ਗਾਣੇ ਸੁਣ ਰਿਹਾ ਹਾਂ ਹਾਂ ਤੇ ਦੇਖਦੇ-ਦੇਖਦੇ ਨਾ ਮੇਰੇ ਸ਼ੀਸ਼ੇ 'ਲ ਨਜ਼ਰ ਗਈ ਹਾਂ ਤੇ ਦੋ ਮੋਟਰਸਾਈਕਲਾਂ ਤੇ ਚਾਰ ਸਿਪਾਈ ਇੱਧਰ ਅੱਛਾ ਤੇ ਦੋ ਮੋਟਰਸਾਈਕਲਾਂ ਚਾਰ ਸਿਪਾਈ ਇੱਧਰ ਠੀਕ ਹੈ ਜੀ ਤੇ ਮੈਂ ਵੇਖਿਆ ਕਿ ਵੇਖੇ ਵਕਤੀ ਤੌਰ ਮੈਨੂੰ ਵੀ ਟੈਨਸ਼ਨ ਲੱਗ ਗਈ ਹਾਂ ਹਾਂ ਫਿਰ ਮੈਂ ਕਿਹਾ ਰਾਹ ਮੰਗਦੇ ਹੁਣ ਕੋਈ ਐਸੀ ਗੱਲ ਨਹੀਂ ਹਾਂ 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 ਖੈਰ ਫਿਰ ਨਰਗਿਸ ਦਾ ਗਾਣਾ ਲੱਗਾ ਤੇ ਮੈਂ ਬੈਠਾ ਹਾਂ ਉਹ ਜਦੋਂ ਐਂਗਰ ਗੱਡੀ ਬੈਕ ਸਾਈਡ ਤੇ ਮੁੜੀ ਨਿਸ਼ਾਦਸਨ ਮੇ ਹਾਂ ਤੇ ਰੌਲਾ ਪੈ ਗਿਆ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਮੈਂ ਗਿਆ ਇਹ ਦਲਾਵਰ ਖਾਨ ਸਾਹਿਬ ਹਾਂਜੀ ਕਹਿੰਦਾ ਕੀ ਗੱਲ ਹੈ ਹਾਂ ਮੈਂ ਕਿਹਾ ਪੁਲਿਸ ਤੁਹਾਡੇ ਸ਼ੀਸ਼ੇ ਨਹੀਂ ਛੱਡਣ ਦੇਈ ਹੈਗੀ ਹਾਂ ਔਏ ਕੀ ਸਾਡਾ ਕਰਲੇਗੀ ਹਾਂ ਦਸ

ਮੈਨੂੰ ਬਥੇਰਾ ਗਿਆ ਮੈਂ ਅਖੀਰ ਉਹਨਾਂ ਨੂੰ ਗਿਆ ਉਹਨਾਂ ਨੇ ਗਿਆ ਤੁਸੀਂ ਨਿਕਲੋ ਮੈਨੂੰ ਜਾਣਦੇ ਸੀ ਪੁਲਿਸ ਵਾਲੇ ਉਹ ਗਿਆ ਆਹ ਹਾਂ ਉਹ ਕਹਿੰਦੇ ਤੁਸੀਂ ਨਿਕਲੋ ਤੇ ਸਾਨੂੰ ਇਹਨਾਂ ਨਾਲ ਕੰਮ ਉਹ ਮੈਂ ਕਿਹਾ ਨਹੀਂ ਯਾਰ ਅੱਛਾ ਨਹੀਂ ਲੱਗਦਾ ਹੈਗਾ ਤੇ ਉਹ ਹੁਣ ਚਾਹੁੰਦੇ ਸੀ ਵੀ ਕੋਈ ਗੱਲ ਕਿਸੇ ਪਾਸੇ ਕੋਈ ਲੱਗੇ ਹਾਂ ਇਹ ਉਧਰਾ ਨਹੀਂ ਸੀ ਰਿਹਾ ਇਹ ਧਾਰ ਵੀ ਕਰਵਾਈਏ ਬੇ ਦਲਾਵਰ ਖਾ ਮੇਰਾ ਨਾਮ ਆ ਹਾਂ ਬਾਬਾ ਜੱਜ ਮੈਨੂੰ ਸਲੂਟ ਕਰਦਾ ਡਾਲਰ ਮੇਰੇ ਕੋਲ ਹਾਂ ਤੇ ਉਹਨਾਂ ਨੇ ਇੱਕ ਪੁਲਿਸ ਵਾਲੇ ਨੇ ਅੰਦਰੋਂ ਹੱਥ ਪਾਇਆ ਦਰਵਾਜ਼ਾ ਖੋਲ੍ਹ ਲਿਆ ਠੀਕ ਹੈ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਲਿਆ ਠੀਕ ਹੈ ਤੇ ਵਿੱਚੋਂ ਹੀ ਉਹਨਾਂ ਨੇ ਬੋਤਲ ਫੜ ਲਈ ਠੀਕ ਹੈ ਤੇ ਹੁਣ ਉਹ ਚਾਹੁੰਦੇ ਸੀ ਵੀ ਕਿਸੇ ਤਰੀਕੇ ਨਾਲ ਸਾਨੂੰ ਮੁਕੇ ਹਾਂ ਇਹ ਅੱਗੋ ਦਲਾਵਰ ਖਾਂ ਵੇਰ ਨਾ ਪਿਆ ਹਾਂ ਤੇ ਮੇਰੇ ਹੁਣ ਦਿਲ ਜੇ ਮੈਂ ਕਹਾਂ ਪੁਲਿਸ ਵਾਲਿਆਂ ਨੇ ਰੋਗ ਤਾਂ ਲਿਆ ਹਾਂ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਹੁਣ ਹੋਣਾ ਕੀ ਹੈ ਹਾਂ ਕਿਉਂਕਿ ਐਮਐਨਏ ਦਾ ਜਿਹੜਾ ਮੈਨੂੰ ਉਹਨੂੰ ਮੂੰਹ ਨਹੀਂ ਲਾ ਰਿਹਾ ਉਹ ਬੰਦਾ ਕੀ ਹੋ ਸਕਦਾ ਹਾਂ ਹਾਂ ਲਓ ਜੀ ਇੰਨੀ ਗੱਲ ਉਹਨਾਂ ਨੇ ਵੀ ਵੇਖਿਆ ਪੁਲਿਸ ਵਾਲਿਆਂ ਨੂੰ ਕੋਈ ਕੁਝ ਨਹੀਂ ਮਿਲਣਾ ਹਾਂ ਉਹਨਾਂ ਨੇ ਐਸਐਚਓ ਸਾਹਿਬ ਨੂੰ ਫੋਨ ਕਰਦਾ ਆ ਲੈ ਰਾਣਾ ਸਾਹਿਬ ਉਹ ਉਹ ਵੀ ਕਿਤੇ ਕੰਮ ਤੇ ਚੱਲੇ ਸੀ ਹਾਂ

ਡਾਲਰ ਹੈ ਤੇਰੇ ਕੋ ਹਾਂ ਮੈਂ ਕਹਿੰਦਾ ਜੀ ਡਾਲਰ ਵਾਲਾ ਆ ਇਹ ਉਹਨਾਂ ਨੇ ਕਿਹਾ ਬੈਠ ਗੱਡੀ ਜੀ ਹਾਂ ਤੇ ਰਾਣਾ ਸਾਹਿਬ ਮੈਂ ਸਭ ਤੋਂ ਪਹਿਲਾਂ ਗੱਡੀ ਜੀ ਬੈਠਾ ਅੱਛਾ ਉਹ ਮੈਂ ਕਿਹਾ ਪਿੰਡ ਦਾ ਸਪਾਈ ਹੈ ਉਹਨੂੰ ਕਰਨ ਥੱਪੜ ਮਾਰ ਕੇ ਮੇਰਾ ਪਰਦਾ ਪਾੜ ਦੇਣਾ ਐਡਾ ਲੰਮਾ ਹੱਥ ਹਾਂ ਉਹਨੂੰ ਤਾਂ ਐਸੇ ਚ ਕੋਈ ਦਾਦ ਲੈਣੀ ਹੈ ਹਾਂ ਤੇ ਮੈਂ ਰੋਗੀ ਹੋ ਜਾਣਾ ਤੈਨੂੰ ਬਿੱਦਰ ਨਹੀਂ ਮੈਂ ਕਿਹਾ ਮੈਂ ਪਹਿਲਾਂ ਬੈਜ ਹਾਟੇ ਅੱਛਾ ਭੱਜ ਕੇ ਅਸੀਂ ਢਾਲੇ ਜੀ ਬੈਠ ਗਏ ਅੱਛਾ ਤੇ ਅੱਗੋਂ ਹੁਣ ਦਲਾਵਰ ਖਾਨ ਵੀ ਡਾਲੇ ਚ ਹਾਂ ਹੁਣ ਇਹ ਤਾਰਕ ਮੁਗਲ ਸਾਹਿਬ ਬੈਠੇ ਐ ਡਾਂਸਰ ਤੇ ਨਾਲ ਪੁਲਿਸ ਵਾਲੇ ਦੇ ਸਾਹਮਣੇ ਪੁਲਿਸ ਵਾਲੇ ਤੇ ਇਹ ਦਲਾਵਰ ਖਾਨ ਬੈਠਾ ਹੈ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਅੱਛਾ ਓਕੇ ਤੇ ਹੁਣ ਅਸੀਂ ਇੰਜ ਬੈਠੇ ਹਾਂ ਹਾਂ ਹੁਣ ਮੇਰੇ ਦਿਲ ਚ ਆਈ ਮੈਂ ਕਿਹਾ ਯਾਰ ਇਹਨਾਂ ਨੇ ਪੁਲਿਸ ਵਾਲੇ ਨੇ ਅੱਛਾ ਨਹੀਂ ਕੀਤਾ ਹਾਂ ਵੱਡੇ ਬੰਦੇ ਨੂੰ ਹੱਥ ਪਾ ਲਿਆ ਵੱਡੇ ਬੰਦੇ ਨੂੰ ਹੱਥ ਪਾ ਲਿਆ ਹਾਂ ਉਹ ਜੀਜੇ ਹੁਣ ਮੈਂ ਕਿਹਾ ਮੌਤਲ ਕਰਾ ਦੇ ਨਾ ਸਾਰੇ ਹਾਂ ਹਾਂ ਤੇ ਮੈਂ ਹੁਣ ਇੰਜ ਬੈਠਾ ਹਾਂ ਰਾਣਾ ਸਾਹਿਬ ਪੂਰੇ ਪਾਰ ਕਿ ਕਿਲਾ ਕਾਇਮ ਆ ਨਾ ਹਾਂ ਮੈਂ ਕਹਿਆ ਵੀ ਜਾਂਦੇ ਰੋਲੇ ਪੈ ਜਾਣੇ ਜਿਹੜਾ ਮੂੰਹ ਨਹੀਂ ਲਾਉਣ ਰਿਹਾ ਐਮਐਨਏ ਹਾਂ ਤੇ ਜਦੋਂ ਉਹਨੇ ਮੂੰਹ ਲਾਉਣਾ ਯਾਰ ਸਾਡੇ ਤੋਂ ਵਕਤ ਪੈ ਜਾਣੇ ਓਏ ਹੋ ਗਿਆ ਕਿਹੜੀ ਬਲਾ ਨੂੰ ਲੈ ਆਂਦਾ ਤੁਸੀਂ ਓਏ ਹੋਏ ਹੋਏ ਤੇ ਇੰਜ ਬੈਠੇ ਜਨਾ ਹੁਣ ਹਾਂ ਤੇ ਰਾਣਾ ਸਾਹਿਬ ਇੰਜ ਕਰਕੇ ਮੁੱਝ ਗਿਆ ਤੇ ਦਲਾਵਰ ਖਾਨ ਦੀ ਅੱਖ ਚੱਕ ਪਈ ਮੇਰੇ ਠੀਕ ਹੈ ਕਿ ਮੇਰੇ ਤਾਂ ਫਿਰ ਐਮਜ਼ੀਨ ਚੇ ਕਿ ਮੌਤ ਲ ਹੋ ਜਾਣਾ ਇਹਨਾਂ ਨੇ ਹਾਂ 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 ਇੰਜ ਅੱਖ ਚੱਕ ਪਈ ਇੰਜ ਕਰਕੇ ਤੇ ਦਲਾਵਰ ਖਾਨ ਦੇਖ ਕੇ ਮੈਨੂੰ ਕਹਿੰਦਾ ਤਸਲੀਬ ਦੇਖ ਮੇਰੀ ਗੱਡੀ ਲੈ ਕੇ ਆ ਰਹੇ ਆ ਤੇ ਰਾਣਾ ਸਾਹਿਬ ਮੈਂ ਮਰ ਗਿਆ ਕਿ ਜਿੰ ਨੂੰ ਮੈਂ ਬਲਾ ਸਮਝ ਰਿਆ ਮੈਂ ਕਿਹਾ ਯਾਰ दारू ਸ਼ਾਰੂ ਦੁਨੀਆ ਪੀਂਦੀ ਸ਼ਾਦੀ ਵਿਆਹ ਤੇ ਪੀਦੀ ਹੈ ਹਾਂ ਲੇਕਿਨ ਯਾਰ ਇਹ ਡਾ ਬੰਦਾ ਰੂਈਆ ਸੀ ਮੈਂ ਹੁਣ ਰਾਣਾ ਸਾਹਿਬ ਨੂੰ ਰੰਗੂ ਦੇਖ ਰਿਹਾ ਤੇ ਉੱਚੋਂ ਮੈਂ ਮਰਿਆ ਕਿ ਮੈਂ ਤਾਂ ਸੋਚ ਰਿਹਾ ਸੀਗਾ ਕਿ ਇਹਨੇ ਮੁਅੱਤਲ ਕਰਾ ਦੇਣੀ ਆ ਅਗੋਂ ਕੀ ਹੋਇਆ ਮੈਂ ਇੰਜ ਕਰਕੇ ਵੇਖਿਆ ਤੇ ਪੁਲਿਸ ਵਾਲਿਆਂ ਦੇ ਵਿੱਚੋਂ ਗੱਡੀ ਮੈਂ ਵੇਖੀ ਤੇ ਪੁਲਿਸ ਵਾਲੇ ਲੈ ਕੇ ਆ ਰਹੇ ਉਹਦੀ ਗੱਡੀ ਉਹਦੀ ਗੱਡੀ ਮੈਂ ਕਿਹਾ ਹਾਂਜੀ ਲੈ ਕੇ ਆ ਰਹੇ ਗੱਡੀ ਹਾਂ 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 ਅਗੂ ਨੇ ਮੈਨੂੰ ਹੋਰ ਮਾਰ ਦਿੱਤਾ ਵੱਡੀ ਗੱਲ ਕਰਕੇ ਹਾਂ ਕਹਿੰਦਾ ਤਸਲੀਬ ਹਾਂ ਮੰਗਲ ਬੁੱਧ ਜਿਵੇਂ ਰਾਤ ਹਾਂ ਹੱਦ ਜਿਵੇਂ ਤਾਂ ਆਪਾਂ ਬਾਹਰ ਆ ਜਾਣਾ ਅਗਲੇ 5-6 ਦਿਨ ਆਹ ਮੈਂ ਤਾਂ ਫੇਰ ਘੰਟਾ ਨਹੀਂ ਰਹਿਣਾ ਬਲਾਵਰ ਖਾਨ ਮੈਂ ਤੂੰ ਮੈਨੂੰ ਦਿਨ ਦੇ ਨਹੀਂ ਰੱਖੀ ਜਾਣਦੇ ਯਾਰ ਅੱਛਾ ਅੱਛਾ ਸ਼ਿਰੋਣਾ ਸਾਹਿਬ ਮੈਂ ਮਿੱਟੀ ਮਿੱਟੀ ਮੈਂ ਕਹਿੰਦਾ ਯਾਰ ਉਹਸਾਲੇ ਨੂੰ ਪੰਜ ਘੰਟਾ ਨਹੀਂ ਰੱਖਦਾ ਇਹ ਤਿੰਨ ਦਿਨ ਰਖਾਉਂਦੇ ਆ ਆਪਣੀ ਮਰਜ਼ੀ ਨਾਲ ਅੱਛਾ ਫੇ ਵੀ ਤੁਹਾਨੂੰ ਆਪਣੇ ਨੂੰ ਹੌਸਲਾ ਦੇ ਰਿਹਾ ਕਿ ਤੂੰ ਟੈਨਸ਼ਨ ਨਹੀਂ ਲੈਣੀ ਆਹੋ ਕਹਿੰਦਾ ਟੈਨਸ਼ਨ ਨਹੀਂ ਲੈਣੀ ਤਿੰਨ ਦਿਨ ਬਾਅਦ ਹੱਦ ਕਹਿੰਦਾ ਆਪਾਂ ਚੌਥੇ ਦਿਨ ਬਾਹਰ ਵਾ ਮੈਨੂੰ ਹੁਣ ਮਨ ਰਾਣਾ ਮੈਂ ਕਹਿੰਦਾ ਤਿੰਨ ਦਿਨ ਇੱਕ ਆਰਟਿਸਟ ਆਦਮੀ ਅੱਛਾ ਮੈਨੂੰ ਇਹ ਸੀ ਕਿ ਮੈਂ ਤਾਂ ਪੀਤੀ ਨਹੀਂ ਹਾਂ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਹੈ ਹਾਂ ਹਾਂ ਠੀਕ ਹੈ ਕਿ ਨਹੀਂ ਲੋ ਜੀ ਉਹ ਲੈ ਗਏ ਥਾਣੇ ਹਾਂ ਹੁਣ ਐਸਐਚਓ ਸਭ ਬੈਠੇ ਨੇ ਹਾਂ ਤੇ ਇਹ ਟੇਬਲ ਠੀਕ ਹੈ ਜੀ ਮੋਬਾਈਲ ਰੱਖ ਲੈ ਸਾਰੇ ਉਹੀ ਉਹਨੇ ਬੋਤਲ ਉਹਨਾ ਹਾਂ ਰੱਖ ਲਈ ਹਾਂ ਤੇ ਬੋਤਲ ਦੇ ਅਜੇ ਭਰੀ ਪਈ ਬੋਤਲ ਹਾਂ ਤੇ ਐਸ ਐਚਓ ਸਾਹਿਬ ਨੇ ਉਹਨੂੰ ਡਾਂਸਰ ਨੂੰ ਪੁੱਛਿਆ ਉਹਨੇ ਕਿਹਾ ਆ ਵੀ ਹਾਂ ਤੂੰ ਆ ਜਾ ਕੇ ਪੀਣੀ ਸੀ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਪੀਣੀ ਮੈਂ ਤਾਂ ਡਾਂਸਰ ਹੈਗਾ ਮੈਂ ਤੇ ਨਾ ਡਾਂਸ ਕਰਦਾ ਹਾਂ ਹੋਰ ਕੁਝ ਨਹੀਂ ਹਾਂ ਉਸ ਵਾਰ ਮੁਗਲ ਸਾਹਿਬ ਨੂੰ ਕਿਹਾ ਤਾਰਕ ਮੁਗਲ ਹਾਂ ਆ ਵੀ ਤੂੰ ਹਾਂ ਮੈਂ ਹਜ਼ੂਰ ਮੈਂ ਤਾਂ ਜ਼ਿੰਦਗੀ ਦੇ ਵਿੱਚ ਕਦੀ ਚਰਾਬ ਨੂੰ ਮੂਲ ਅੱਜ ਉਹ ਵੀ ਗੱਲ ਮੇਤੇ ਆ ਗਈ ਹਾਂਜੀ ਤੁਸੀਂ ਮੈਂ ਕਿਹਾ ਜੀ ਅਸੀਂ ਦਾ ਡਰਾਮਾ ਕੀਤਾ ਸੀ ਹਾਂ ਤੇ ਉਹਨਾਂ ਨੂੰ ਕਿਹਾ ਲਿਫਟ ਦੇ ਦਿਓ ਕਾਰ ਲਾ ਦਿਓ ਹਾਂ ਦਲਾਵਰ ਖਾਨ ਨੂੰ ਕਿਹਾ ਹਾਂ ਤੇ ਮੈਂ ਕਿਹਾ ਉਹ ਲੈ ਗਿਆ ਲੇਕਿਨ ਮੈਂ ਕਿਹਾ ਦੇ ਲੋ ਮੂੰਹ ਸੰਗਲੋ ਅਸੀਂ ਨਹੀਂ ਹਾਂ ਹਾਂ ਤੇ ਹੁਣ ਫਰੇਮ ਆਇਆ ਦਲਾਵਰ ਖਾਨ ਦੇ ਹਾਂ ਤੇ ਦਲਾਵਰ ਖਾਨ ਮੈਂ ਜੀ ਵਿਖਿਆ ਤੇ ਪੁੱਛਾਂ ਉਹਨੂੰ ਕਿਹਾ ਹਾਂ ਹਾਂ ਤੂੰ ਅਰਕੇ ਚੁਰਬੀਲੀ ਗੱਲ ਦੱਸ ਦਿਓ ਕੱਲਾ ਬੋਲਦਾ ਐਡੀ ਬੋਤਲ ਪੀ ਸਕਦਾ ਉਈ ਹਾਤਾ ਥੋੜਾ ਜਿ ਮਰੇ ਪਏ ਆ ਹਾ ਖੁਦ ਉੱਥੇ ਵੀ ਰੋ ਪਿਆ ਯਾਰ ਹਾਸਾ ਹੀ ਨਹੀਂ ਆਉਂਦਾ ਬਲਾ ਤੁਹਾਡੇ ਤੁਸੀਂ ਜਿਹਨੂੰ ਬਲਾ ਬਣਾਇਆ ਉਹ ਰੋ ਰਿਹਾ ਉਹ ਰੋ ਰਿਹਾ ਉਹਨੇ ਕਿਹਾ ਐਸੇ ਚ ਕੰਨਾ ਤੇਰੇ ਕੋ ਡਾਲਰ ਨਹੀਂ ਜੀ ਹਾਂ ਅਸੀਂ ਆਪ ਜਿਹੜੇ ਦੋਸਤ ਮਿਲੇ ਹਨ ਹਾਂ ਅਸੀਂ 100 ਡਾਲਰ ਕਹਿੰਦੇ ਅਸੀਂ ਇੱਥੇ ਕਹੀਦਾ 2 ਡਾਲਰ ਦੇਈ ਓਏ 200 ਨਹੀਂ ਕਹਿੰਦੇ ਹਾਂ 200 ਨਹੀਂ ਕਹਿੰਦੇ ਅਸੀਂ ਕਹਿੰਦੇ 2 ਡਾਲਰ ਦੇਈ ਆ ਇਸ ਵਾਸਤੇ ਮੈਂ ਡਾਂਡ ਕਹਿਣਾ ਜੀ ਉਹਨੂੰ ਕਹਿੰਦੇ ਬਾਬਾ ਜੀ ਤੈਨੂੰ ਸਲੂਟ ਕਰਦਾ ਹਾਂ ਹਾਂ ਅੱਜ ਜੀ ਹਾਂ ਉਹ ਇਸ ਵਾਸਤੇ ਅੱਪੂ ਮੇਰੇ ਮਾਮਾ ਜਿਹੜਾ ਇੱਜ਼ਤ ਨਾ ਉਹ ਡਰ ਕੇ ਨਹੀਂ ਆ ਬੂਰੀ ਵਜ੍ਹਾ ਤੋਂ ਨਾ ਸਾਰੇ ਸਾਨੂੰ ਸਲਾਮ ਕਰਦੇ ਵਾਹ ਵਾਹ ਤੇ ਐਮਐਲਏ ਤੇਰਾ ਕਜ਼ਨ ਆ ਹਾਂ ਐ ਸੁਣਿਆ ਤੂੰ ਮੂੰਹ ਹੀ ਲਾਉਂਦਾ ਨਹੀਂ ਜੀ ਮੈਂ ਨਹੀਂ ਉਹ ਨਹੀਂ ਲਾਉਂਦਾ ਮੇਰਾ ਇੱਕ ਦੋਸਤ ਆ ਗੋ ਦਾ ਦੋਸਤ ਆ ਉਹਦਾ ਕਜ਼ਨ ਆ ਜਦੋਂ ਭਾਜੀ ਮੇਰਾ ਮੈਨੂੰ ਜਾਣਦਾ ਹੀ ਨਹੀਂ ਮੈਨੂੰ ਕਿਦਾ ਮੂੰਹ ਲਾਵੇ ਤੋ ਮੈਂ ਇਹ ਤਾਰਕ ਨਾ ਦੀ ਮੈਨੂੰ ਮੂਹ ਲਾ ਕੇ ਦਿਖਾ ਦੀ ਹੋਰ ਕੋਈ ਕਰ ਲਈ ਉਹ ਉਹਨਾਂ ਨੇ ਕਿਹਾ ਚਲੋ ਇਹਨਾਂ ਨੂੰ ਅੰਦਰ ਦੇ ਦਿਓ ਆ ਹਾਂ ਹੁਣ ਜਾਂਦੇ ਤੂੰ ਤਾਰਕ ਮੋਲ ਦਾ ਸੌਂ ਗਿਆ ਜਿਵੇਂ ਨਨਕੇ ਆਲਾ ਆਇਆ ਠੀਕ ਹੈ ਆ ਮੈਂ ਕਿਹਾ ਤੂੰ ਸੌਂ ਗਿਆ ਕਹਿੰਦਾ ਜਦੋਂ ਹਜ਼ੂਰ ਛੱਡਣਾ ਉਹ ਚਲੇ ਜਾਣਗੇ ਅੱਛਾ ਮੁਦੱਬਰ ਆਹੋ ਕਹਿੰਦਾ ਮੈਂ ਹੁਣ ਕਿਉਂ ਫਿਕਰਮੰਦ ਹੋਵਾਂ ਬਈ ਜਦੋਂ ਤੁਹਾਨੂੰ ਛੱਡਣਗੇ ਮੈਂ ਵੀਰ ਮੇਰਾ ਮੈਂ ਵੀ ਦੇ ਦਗਾ ਤਿੰਨ ਦਿਨ ਰੁ ਵੇਖਿਆ ਤੇ ਇੱਕ ਬੰਦਾ ਨਾ ਲਾਤੇ ਲਾਤ ਰਕੇ ਇਦਾਂ ਸਿੱਧਾ ਲੰਮਾ ਪਿਆ ਹਾਂ ਤੇ ਰਾਸਬ ਗੱਲ ਬੜੀ ਬਰੀਕ ਹੈ ਹਾਂ ਕਿ ਉਹ ਲੱਦ ਲਾ ਤੇ ਇੰਜ ਰੱਖੀਏ ਤੇ ਉਹ ਇੰਜ ਪਿਆ ਹਾਂ ਤੇ ਪੱਖਾ ਉੱਤੇ ਹੀ ਲੱਗਾ ਹਾਂ ਤੂੰ ਨੇ ਆਪਣੇ ਢਿੱਡ ਤੇ ਸਿਗਰਟ ਰੱਖੇ ਗੋਲੀ ਠੀਕ ਹੈ ਤੇ ਦਲਾਵਰ ਖਾਂ ਕਹਿੰਦਾ ਮੰਗਲ ਬੋਧ ਜੁਵੇਰਾ ਤੇ ਹੱਥ ਜੁਵੇ ਹਾਂ ਤੇ ਜਦੋਂ ਅਜ ਸਿਗਰਟ ਵੇਖੇ ਨਾ ਹਾਂ ਤੇ ਦਲਾਵਰ ਖਾਂ ਉਹਨੂੰ ਕਹਿ ਰਿਹਾ ਉਸ ਕੈਰੇਕਟਰ ਨੂੰ ਜਿਹੜਾ ਇੰਜ ਕਰਕੇ ਲੱਲਮਾ ਪਿਆ ਅਜਨਬੀ ਹੈ ਬਸ ਆਹੋ ਮੇਨਾ ਗੱਲ ਕਰਦਾ ਕਹਿੰਦਾ ਚਾਚੂ ਤੁਹਾਡਾ ਸਿਗਰਟ ਲੈ ਲਵਾ ਉਹ ਗੂ ਕਰੈਕਟਰ ਉਹ ਨੂੰ ਗੈਲਾ ਹਾਂ ਹਾਂ ਤੇ ਹੁੰਦ ਲਾਵਰ ਖਾਨ ਦੇ ਸਿਗਰ ਲਾਇਆ ਹਾਂ ਤੇ ਖਤਮ ਹੋ ਗਿਆ ਤੇ ਫਿਰ ਉਹ ਨੂੰ ਕਹੇ ਚਾਚੂ ਇੱਕ ਹੋਰ ਲੈ ਲਵਾ ਅੱਛਾ ਉਹ ਨੂੰ ਗੈਲਾ ਹਾਂ ਤੀਸਰਾ ਸਿਗਰ ਮੰਗਣ ਵਾਲਾ ਹੀ ਸੀ ਹਾਂ ਤੇ ਮੈਂ ਉਹ ਨੂੰ ਪੁੱਛ ਬੈਠਾ ਹਾਂ ਮੈਂ ਕਿਹਾ ਚਾਚੂ ਜੀ ਤੁਸੀਂ ਕਿਹੜੇ ਕੀ ਚਾਏ ਹਾਂ ਕਹਿੰਦਾ ਯਾਰ ਮੇਰੇ ਕੋ ਦੋ ਬੰਦੇ ਮਰ ਗਏ ਅੱਛਾ ਮੈਂ ਕਤਲ ਦੇ ਕੇ ਚੰਦਰਾ ਆ ਤੇ ਹੁਣ ਦਲਾਵਰ ਖਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਦੋ ਮਾਰੇ ਜਿੱਦ ਕਉ ਮੈਂ ਸੀਟਾ ਮੰਗਾਇਆ ਸੀਟਾ ਬੰਦੇ ਤੇ ਦਲਾਵਰ ਖਾਂ ਉਹਨੂੰ ਨਾਲ ਹੀ ਚਾਚੂ ਬੋਲਿਆ ਗਿਆ ਗੋਲ ਦੀ ਡੱਬੀ ਲੈਣ ਬੈਤਾਲੀ ਤੁਹਾਡੇ ਦੋ ਆਇਆ ਬਤਾਲੀ ਡੱਬੀ ਖਿਲਾ ਗਿਆ ਬੈਗਾ ਦਲਾਵਰ ਖਾਂ ਜਿੰਨੇ ਦੋ ਮਾਰਲੇ ਤੀਸਰਾ ਉਹਨੂੰ ਉਹਦੇ ਵਾਸਤੇ ਨਹੀਂ ਨਹੀਂ ਗੱਲਾਂ ਮੈਂ ਡੱਬੀ ਪੂਗਾ ਕੇ ਲੈ ਗਿਆ ਦਲਾਫਰ ਖਾਨ ਹਾਂ ਬੜਾ ਚੜਾਈ ਵਰਗਾ ਤੇਰਾ ਨਾਸ ਮੈਂ ਕਿਹਾ ਮੈਂ ਕਿੱਥਾ ਕਿੱਥੇ ਇੰਨੇ ਦਿਨ ਕੱਢਣੇ ਆ ਯਾਰ ਤੇ ਹੁਣ ਉੱਠਿਆ ਟੁੱਟ ਕੇ ਨਾ ਸਲਾਖਾਂ ਦੇ ਕੋਲ ਖੋ ਉਹ ਖਲੋ ਗਿਆ ਹਾਂ ਚੈਨੀ ਆ ਰਿਹਾ ਨਾ ਹਾਂ ਹਾਂ ਤੇੰਜ ਆ ਰਿਹਾ ਤੇ ਚੀਦਾ ਲੰਗ ਪਿਆਰੇ ਅੱਲਾ ਬਖਸ਼ੇ ਹਾਂ ਉਹਨ ਸਾਰੇ ਵਾਕੂ ਸੀ ਹਾਂ ਉਹ ਮੇਰੀ ਮਿਲੀਨ ਆਰਡਰ ਪਾਣੀ ਇਹ ਉਹ ਕਿ ਤਸਲੀਮ ਬਾਗ ਉਹ ਲੈ ਕੇ ਆ ਰਿਹਾ ਹੈ ਤੇ ਹੁਣ ਉਹ ਉਹਨਾਂ ਖਾਨ ਸਾਹਿਬ ਦੇਖ ਰਹੇ ਦਲਾਵਰ ਖਾਨ ਹਾਂ ਤੇ ਦਲਾਵਰ ਖਾਨ ਨੇ ਵੇਖ ਕੇ ਕਹਿੰਦਾ ਤਸਲੀਮ ਤੇਰੇ ਆ ਗਏ ਆ ਲੋ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਸਈ ਸ਼ਰੀਫ ਸਾਹਿਬ ਸਾਡੇ ਮਲੇ ਜੀ ਹਾਂਜੀ ਬੜੀ ਯਾਰਾ ਸ਼ਖਸੀਅਤ ਆ ਹਾਂਜੀ ਤੇ ਬੜਾ ਪਿਆਰ ਵਾਲਾ ਜੀ ਉਹਦਾ ਨੈਟਵਰਕ ਵੱਡਾ ਹੈ ਹਾਂਜੀ ਉਹਨੂੰ ਪਤਾ ਲੱਗਾ ਤਸਲੀਮ ਬਾਸ ਨਾ ਵਾਕਿਆ ਹੋਇਆ ਤੇ ਉਹ ਆਇਆ ਠੀਕ ਉਹਨਾਂ ਦੇ ਐਸ ਐਚ ਓ ਹਾਂ ਦੋਸਤ ਦੋਸਤ ਸੀ ਠੀਕ ਹੈ ਉਹਨਾਂ ਨੇ ਕਿਹਾ ਯਾਰ ਇਹ ਦੇ ਦੇ ਕਰਕੇ ਬੰਦੇ ਫੜ ਲਿਆ ਹਾਂ ਹਾਂ ਤੇ ਉਹ ਬੰਦੇ ਬਾਹਰ ਕੱਢ ਉਹਨੂੰ ਤੇ ਪੀਤੀ ਵੀ ਨਹੀਂ ਹਾਂ ਹਾਂ ਤੇ ਇੰਨੀ देर ਨੂੰ ਉਹਨਾਂ ਬੰਦੇ ਪੁਲਿਸ ਵਾਲਾ ਆਇਆ ਉਹਨੂੰ ਬਾਹਰ ਕੱਢ ਲਿਆ ਕੱਢ ਕੇ ਨਾ ਤੁਹਾਨੂੰ ਲੈ ਕੇ ਜਾ ਰਹੇ ਤੇ ਪਿੱਛੇ ਉਹਨ ਦਲਾਵਰਾ ਗਈ ਇਹ ਮਿਲੂ ਵੀ ਲੈ ਜਾ ਤਸਲੀਮ ਲੈ ਜਾ ਮਿਲੂ ਇਹਨਾਂ ਨੂੰ ਮਿਲੂ ਬੜਾ ਮਾਰਦਾ ਮਿਲੂ ਕਾਹੀ ਲਓ ਜੀ ਉਹ ਗੱਲਬਾਤ ਖਤਮ ਹੋਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰੋ ਜਿੱਥੇ ਮੈਨੂੰ ਛੱਡਣ ਦਾ ਹੈ ਹਾਂ ਉਹਨਾਂ ਨੂੰ ਵੀ ਛੱਡ ਦਿਓ ਹੁਣ ਕਿਹੜੀ ਹਾਂ 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 ਲਓ ਜੀ ਹੋਰ ਹਾਈ ਹੋਈ ਹੈ ਉਸ ਤੋਂ ਬਾਅਦ ਉਹ ਐਡਾ ਗੈਰਤਮੰਦ ਆਦਮੀ ਸੀ ਨਾ ਵਾ ਵਾ ਦਲਾਵਰ ਖਾਨ ਵਾ ਵਾ ਰਣਾ ਸਾਹਿਬ ਉਹ ਦਿਨ ਜਾਵੇ ਇਸ ਗੱਲ ਨੂੰ 3 ਸਾਲ ਹੋ ਗਏ ਹਾਂ 3-4 ਸਾਲ ਹਾਂ ਉਹ ਬੰਦਾ ਨਹੀਂ ਮਿਲਿਆ ਦੁਬਾਰਾ ਵਾਹ 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 ਉਹਨੇ ਕਿਹਾ ਯਾਰ ਨਕਾਤੀ ਇੰਨੀ ਹੋ ਗਈ ਹੈ ਓਏ ਹੋਏ ਓਹ ਹੋ ਹੋ ਮੱਥੇ ਨਹੀਂ ਲੱਗਣਾ ਵਾਹ 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 ਲੋਈ ਸੁਣੀਆਂ ਤੁਸੀਂ ਤਸਲੀਮ ਸਾਹਿਬ ਦੀਆਂ ਗੱਲਾਂ ਐਦਾਂ ਦੇ ਤਸਲੀਮ ਸਾਹਿਬ ਦੇ ਜਿਹੜੀਆਂ ਹੱਡ ਬੀਤੀਆਂ ਜੱਗ ਬੀਤੀਆਂ ਹਮੇਸ਼ਾ ਤੁਸੀਂ ਸੁਣਦੇ ਹੋ ਮੁਹੱਬਤ ਦਿੰਦੇ ਹੋ ਦਾ ਬਹੁਤ-ਬਹੁਤ ਸ਼ੁਕਰੀਆ ਤੇ ਆਇਂਦਾ ਵੀ ਐਦਾਂ ਦੇ ਜਿਹੜੇ ਪ੍ਰੋਗਰਾਮਸ ਨੇ ਉਹ ਤੁਹਾਨੂੰ ਤਸ림 ਸਾਹਿਬ ਦੀ ਜ਼ੁਬਾਨੀ ਸਭ ਕੁਝ ਸੁਣਾ ਕੇ ਤੁਹਾਨੂੰ ਮਹਿਸੂਸ ਕਰਦੇ ਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਸੋਨੇ ਰੱਬ ਦੇ ਹਵਾਲੇ ਜੀ